ਟਰਾਲਾ ਨਵਾਂ ਟਰਾਲਾ ਸੀਗਾ ਘੱਟੋ ਘੱਟ 7 ਲੱਖ ਦਾ ਹੈਗਾ ਮੇਰਾ ਤਾਂ ਟਰੈਕਟਰ ਵੀ ਇਹਨੇ ਆਪਦਾ ਕਿਰਾਏ ਤੇ ਟਰਾਲਾ ਕਿਰਾਏ ਤੇ ਟਰੈਕਟਰਾਂ ਤੇ ਮੈਂ ਤਾਂ ਮਰ ਗਿਆ ਗਰੀਬ ਮੈਂ ਭਰੂੰਗਾ ਕਿੱਥੋਂ ਇਹਨਾਂ 5-3 ਸਾਲ ਹੋ ਗਏ ਇਹਨੂੰ ਬਣੀ ਨੂੰ ਪਰ ਜਦੋਂ ਦੀ ਬਣੀ ਆ ਜੀ ਇਹ ਆਸੇ ਪਾਸੇ ਦੇ ਲੋਕਾਂ ਦੀ ਮੁਸੀਬਤ ਹੀ ਬਣੀ ਕੀਤਾ ਉਹ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਪ੍ਰਸ਼ਾਸਨ ਵੱਲੋਂ 1-2 ਗੱਡੀਆਂ ਆਈਆਂ ਉਹ ਪਤਾ ਨਹੀਂ ਕਿੱਥੇ ਆ ਤੁਸੀਂ ਦੇਖ ਸਕਦੇ ਅੱਗ ਲੱਗੀ ਹੋਈ ਆ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਪ੍ਰਸ਼ਾਸਨ ਨੂੰ ਜਿਹੜਾ ਕੁਝ ਅੱਗੇ ਇਹਨਾਂ ਕੋਲ ਸਾਕ ਇਲੀਗਲ ਕਰੀ ਜਾਂਦੇ ਆ ਸਾਡੇ ਇਲਾਕੇ ਨੂੰ ਇਹ ਕੈਂਸਰ ਦੇ ਰਹੇ ਆ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਆਉਂਦੇ ਹਕੂਮਤ ਵਾਲਾ ਪਿੰਡ ਵਿੱਚ ਬਣੇ ਸੁਖਵੀਰ ਐਗਰੋ ਐਨਰਜੀ ਲਿਮਟਿਡ ਗੋਦਾਮ ਵਿਖੇ ਇੱਕਦਮ ਭਿਆਨਕ ਅੱਗ ਲੱਗ ਗਈ ਇਹ ਅੱਗ ਇੰਨੀ ਫੈਲੀ ਕਿ ਸੈਂਕੜੇ ਪਰਾਲੀ ਦੀਆਂ ਗੱਠਾਂ ਸੜ ਕੇ ਸਵਾਹ ਹੋ ਗਈਆਂ ਹਨ ਇਸ ਅੱਗ ਨੇ ਆਸ-ਪਾਸ ਦੀਆਂ ਕਣਕ ਦੀਆਂ ਖੜੀਆਂ ਫਸਲਾਂ ਨੂੰ ਵੀ ਖਤਰਾ ਖੜਾ ਕਰ ਦਿੱਤਾ ਮੌਕੇ ਤੇ ਹਾਜ਼ਰ ਕਿਸਾਨਾਂ ਨੇ ਕਾਂਗਰਸੀ ਵਿਧਾਇਕ ਤੇ ਦੋਸ਼ ਲਾਉਂਦੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਵੱਲੋਂ ਬਿਜਲੀ ਬਣਾਉਣ ਲਈ ਪਰਾਲੀ ਦੀ ਫੈਕਟਰੀ ਲਗਾਈ ਹੋਈ ਹੈ ਇਸ ਨਾਲ ਕਾਫੀ ਵੱਡੇ ਪੱਧਰ ਤੇ ਪ੍ਰਦੂਸ਼ਣ ਵੀ ਫੈਲਦਾ ਹੈ ਜਿਸ ਬਾਬਤ ਉਹਨਾਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਈ ਵਾਰ ਸੂਚਿਤ ਕੀਤਾ ਜਾ ਚੁੱਕਿਆ ਹੈ ਪਰੰਤੂ ਕਾਂਗਰਸੀ ਵਿਧਾਇਕ ਹੋਣ ਕਰਕੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਅੱਗ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਕਾਂਗਰਸੀ ਵਿਧਾਇਕ ਤੋਂ ਹੁੰਦੇ ਨੁਕਸਾਨ ਤੋਂ ਉਹਨਾਂ ਨੂੰ ਬਚਾਇਆ ਜਾਵੇ ਜੇ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਦਰਸ਼ਨ ਸਿੰਘ ਜੀ ਕਾਰਨ ਦਾ ਸਾਨੂੰ ਨਹੀਂ ਪਤਾ ਜੀ ਇੱਕ ਨਾ ਪਰਲੇ ਪਾਸੇ ਸਟੈਕ ਧੁਕੀ ਜਾਂਦਾ ਉਹ ਮਹੀਨੇ ਡੇਢ ਮਹੀਨੇ ਦਾ ਧੁਕਦਾ ਹਰ ਵੇਲੇ ਸਾਨੂੰ ਉੱਥੋਂ ਡਰ ਲੱਗਦਾ ਹੁੰਦਾ ਜਦੋਂ ਅਸੀਂ ਲਾਉਣ ਆਉਣੇ ਟਰਾਲਾ ਅੱਜ ਅਸੀਂ ਚਾਹ ਪੀਣ ਬਾਹਰ ਨਿਕਲੇ ਤੇ ਉਦੋਂ ਪਤਾ ਲੱਗਿਆ ਜਦੋਂ ਲਾਟਾਂ ਨਿਕਲਣ ਲੱਗ ਪਈਆਂ ਮੇਰੇ ਨਾਲ ਘੱਲਾਂ ਤੋਂ ਇੰਦਰਜੀਤ ਆ ਉਹਨੇ ਮੈਨੂੰ ਕਿਹਾ ਬਾਬਾ ਅੱਗ ਲੱਗ ਗਈ ਉਹ ਮੇਰਾ ਟਰੈਕਟਰ ਚਲਾਉਣ ਲੱਗ ਪਿਆ ਮੈਂ ਉਹਨੂੰ ਆਇਆ ਆਪਣੇ ਟਰਾਲੇ ਨੂੰ ਅੱਗ ਲੱਗ ਗਈ ਆਪਾਂ ਟਰੈਕਟਰ ਕੱਢ ਲਈਏ ਕੱਲਾ ਜਦੋਂ ਅਸੀਂ ਟਰਾਲਾ ਕੱਢਣ ਲੱਗੇ ਗੁੱਲਾ ਨਿਕਲਿਆ ਨਹੀਂ ਮੇਰੇ ਉੱਤੇ ਆ ਕੇ ਡਿੱਗ ਪਈ ਅਤੇ ਇੰਦਰਜੀਤ ਨੇ ਮੇਰੀ ਬਾਂਹ ਫੜ ਕੇ ਅਤੇ ਸਟਾਰਟ ਟਰੈਲਰ ਛੱਡ ਕੇ ਅਤੇ ਉਵੇਂ ਮੈਨੂੰ ਬਾਹਰ ਖਿੱਚ ਲਿਆ ਨੁਕਸਾਨ 69 ਟਰੈਕਟਰ ਨਵਾਂ ਟਰਾਲਾ ਸੀਗਾ ਘੱਟੋ ਘੱਟ 7 ਲੱਖ ਦਾ ਹੈਗਾ ਮੇਰਾ ਤਾਂ ਟਰੈਕਟਰ ਵੀ ਇਹਨੇ ਆਪਦਾ ਕਿਰਾਏ ਤੇ ਟਰਾਲਾ ਕਿਰਾਏ ਤੇ ਟਰੈਕਟਰਾਂ ਤੇ ਮੈਂ ਤਾਂ ਮਰ ਗਿਆ ਗਰੀਬ ਮੈਂ ਭਰੂੰਗਾ ਕਿੱਥੋਂ ਇਹਨਾਂ ਮੰਗ ਇਹ ਹੋਈ ਆ ਵੀ ਮੇਰਾ ਟਰੈਕਟਰ ਟਰਾਲਾ ਮਿਲ ਜੇ ਮੈਨੂੰ ਮੈਂ ਮਾਲਕ ਦਾ ਮੋੜ ਦੂੰਗਾ ਹੋਰ ਇਹਦੇ ਉੱਤੇ ਮੈਂ ਕੀ ਕਹਿ ਸਕਦਾ ਮੇਰਾ ਨਾਮ ਗੁਰਭੇਜ ਸਿੰਘ ਹੈ ਜੀ ਸਾਬਕਾ ਸਰਪੰਚ ਪਿੰਡ ਜਵਾਹਰ ਸਿੰਘ ਵਾਲਾ ਸਰ ਕਾਰਨ ਤਾਂ ਸਾਨੂੰ ਇਹ ਹੀ ਪਤਾ ਲੱਗਿਆ ਵੀ ਇੱਕ ਤਾਂ ਲਾਈਨ ਉੱਤੋਂ ਦੀ ਲੰਘ ਰਹੀ ਹੈ 11 KV ਹੁਣ ਤਾਂ ਸ਼ਾਇਦ ਕਹਿ ਰਹੇ ਵੀ ਉਹ ਤੋਂ ਲੱਗੀ ਆ ਤੇ ਪਰ ਸਾਨੂੰ ਜਿਹੜਾ ਪਤਾ ਲੱਗਿਆ ਉਹ ਇਹ ਆ ਵੀ ਇਹ ਗੰਦੀ ਪਰਾਲੀ ਇੱਕ ਸਾਈਡ ਤੇ ਨਾ ਬਾਲਦੇ ਸੀਗੇ ਉੱਥੇ ਨਿੱਤ ਜਿਹੜੀ ਪਰਾਲੀ ਨਹੀਂ ਇਹਨਾਂ ਨੂੰ ਸੇਕ ਦੇ ਰਹੀ ਨਹੀਂ ਕੰਮ ਦੀ ਉਹਨੂੰ ਇੱਕ ਸਾਈਡ ਤੇ ਕਰਕੇ ਤੇ ਉੱਥੇ ਦਿਖਾ ਦਿੰਦੇ ਆ ਉਹ ਹਵਾ ਜ਼ਿਆਦਾ ਵਧਣ ਕਾਰਨ ਉੱਥੋਂ ਇਹ ਹਵਾ ਵੱਧ ਗਈ ਹਵਾ ਨਾਲ ਅੱਗ ਫੈਲਰ ਗਈ ਸਾਰ ਸਵੇਰੇ ਫਿਰ ਇਹਨਾਂ ਤੋਂ ਕੰਟਰੋਲ ਨਹੀਂ ਹੋਈ ਉਹ ਲੰਚ ਟਾਈਮ ਕਰਕੇ ਇਹਨਾਂ ਦੇ ਸਾਰੇ ਜਿਹੜੇ ਕੋਈ ਕਰਿੰਦੇ ਸੀਗੇ ਉਹ ਉੱਥੇ ਬੈਠੇ ਸੀਗੇ ਆਪਦਾ ਰੋਟੀ ਪਾਣੀ ਖਾਂਦੇ ਸੀਗੇ ਬਾਕੀ ਇਹਨਾਂ ਵੱਲੋਂ ਪ੍ਰਬੰਧ ਤਾਂ ਕੋਈ ਵੀ ਨਹੀਂ ਕੀਤਾ ਗਿਆ ਦਾਲੇ ਵੀ ਇਹਨਾਂ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਕੋਈ ਇਹਨਾਂ ਦੀ ਗੱਡੀ ਤੁਰ ਕੇ ਅੱਗ ਬੁਝਾ ਸਕੇ ਇਹਨਾਂ ਨੇ ਵਾਟਰ ਜਿੱਥੋਂ ਤੀਕਰ ਆਉਂਦੀ ਸੀ ਇਹਨਾਂ ਦੀ ਉੱਥੋਂ ਤੀਕਰ ਇਹਨਾਂ ਦੀ ਪਰਾਲੀ ਰੱਖੀ ਹੋਈ ਹੈ ਦਾਲੇ ਜਿਹੜੀ ਲੋਕਾਂ ਨੇ ਆਪਦੀ ਜ਼ਮੀਨ ਉੱਥੇ ਤਾਂ ਹੁਣ ਕਣਕ ਬੀਜਣੀ ਸੀ ਉੱਥੇ ਵੀ ਲੋਕਾਂ ਨੇ ਆਪ ਛੇਤੀ ਛੇਤੀ ਕਣਕ ਵੱਢ ਕੇ ਆਪਦੇ ਟਰੈਕਟਰਾਂ ਨਾਲ ਅੱਗ ਦੇ ਪਾਸੇ ਉਹ ਕਬਜ਼ਾ ਕੀਤਾ ਉਹ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਪ੍ਰਸ਼ਾਸਨ ਵੱਲੋਂ 1-2 ਗੱਡੀਆਂ ਆਈਆਂ ਉਹ ਪਤਾ ਨਹੀਂ ਕਿੱਥੇ ਆ ਉਹ ਤੁਸੀਂ ਦੇਖ ਸਕਦੇ ਅੱਗ ਲੱਗੀ ਹੋਈ ਆ ਇੱਥੇ ਕੋਈ ਗੱਡੀ ਨਹੀਂ ਸਾਡੇ ਕੋਲ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਜਿਹੜਾ ਕੁਝ ਅੱਗੇ ਇਹਨਾਂ ਕੋਲ ਸਾਕ ਇਲੀਗਲ ਕਰੀ ਜਾਂਦੇ ਆ ਸਾਡੇ ਇਲਾਕੇ ਨੂੰ ਇਹ ਕੈਂਸਰ ਦੇ ਰਹੇ ਆ ਇਹ ਵੀਰ ਜੀ ਫੈਕਟਰੀ ਤਾਂ ਮੇਰੇ ਹਿਸਾਬ ਨਾਲ ਕੋਈ 5-3 ਸਾਲ ਹੋ ਗਏ ਇਹਨੂੰ ਬਣੀ ਨੂੰ ਪਰ ਜਦੋਂ ਦੀ ਬਣੀ ਆ ਜੀ ਇਹ ਆਸੇ ਪਾਸੇ ਦੇ ਲੋਕਾਂ ਦੀ ਮੁਸੀਬਤ ਹੀ ਬਣੀ ਹੈ ਕਿਉਂਕਿ ਇਸ ਫੈਕਟਰੀ ਦਾ ਦਿਨ ਭਰ ਰਾਤ ਧੂੰਆਂ ਨਿਕਲਦਾ ਤੇ ਬਹੁਤ ਇਹ ਸਾਨੂੰ 2 ਵਜੇ ਫੋਨ ਆਇਆ ਸੀਗਾ ਦਫ਼ਤਰ ਜੀ ਫਿਰੋਜ਼ਪੁਰ ਸਿਟੀ ਤੇ ਵੀ ਅੱਗ ਲੱਗੀ ਹੈਗੀ ਪਰਾਲੀ ਨੂੰ ਤੇ ਨੇੜੇ ਤੇੜੇ ਆ ਕਣਕ ਖੜੀ ਹੈਗੀ ਤੇ ਉਦੋਂ ਹੀ ਅਸੀਂ 5-7 ਮਿੰਟ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਸੀਗੇ ਤੇ ਆ ਕੇ ਦੇਖਿਆ ਵੀ ਨਾਲ ਨਾਲ ਕਣਕ ਕਾਫੀ ਜ਼ਿਆਦਾ ਖੜੀ ਸੀ ਤੇ ਆ ਕੇ ਅਸੀਂ ਗੱਡੀਆਂ ਲਾਤੀਆਂ ਬਸ ਕੋਟਕਪੁਰੇ ਨੂੰ ਫੋਨ ਕੀਤਾ ਮੋਗੇ ਨੂੰ ਫੋਨ ਕੀਤਾ ਫਰੀਦਕੋਟ ਤੋਂ ਗੱਡੀਆਂ ਆਈਆਂ ਜੀ ਤੇ ਆ ਕੇ ਅੱਗ ਤਾਂ ਬਹੁਤ ਜ਼ਿਆਦਾ ਪਰਾਲੀ ਦਾ ਇੱਥੇ ਆਪਣੇ ਫੈਕਟਰੀ ਹੈਗੀ ਜਿਹੜੀ ਬਿਜਲੀ ਬਣਦੀ ਉਹਨਾਂ ਦਾ ਸਟਾਕ ਪਿਆ ਸੀਗਾ ਪਰਾਲੀ ਦਾ ਉਸ ਨੂੰ ਅੱਗ ਲੱਗੀ ਸੀ ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਤਾ ਨਹੀਂ ਸੁਖਵੀਰ ਐਗਰੋ ਹੈ ਜੀ ਨਾਮ ਬਾਕੀ ਮਾਲਕਾਂ ਦਾ ਨਹੀਂ ਆਪਾਂ ਨੂੰ ਪਤਾ ਕਿੰਨਾ